ਸਾਡੇ ਅੱਜ ਦੇ ਇਸ ਉਤਲਾ ਫੁੱਕਣ ਦੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਮੇਰੇ ਯੂਥ ਦੇ ਦਿਹਾਤੀ ਦੇ ਤੇ ਸ਼ਹਿਰੀ ਦੇ ਸਰਕਲ ਪ੍ਰਧਾਨ ਸਹਿਬਾਨ ਯੂਥ ਅਕਾਲੀ ਦਲ ਦੇ ਸੀਨੀਅਰ ਸਾਡੇ ਵਰਕਰ ਸਹਿਬਾਨ ਔਰ ਮੇਰਾ ਹਰ ਮਰਤਬਾ ਸ਼ਹਿਰੀ ਪ੍ਰਧਾਨ ਵੀਰ ਗੁਰਪ੍ਰੀਤ ਚਾਹਲ ਸਾਰਿਆਂ ਨੂੰ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਬੋਲਣ ਤੋਂ ਪਹਿਲਾਂ ਸਾਡੇ ਸਾਰੇ ਬੁਲਾਰਿਆਂ ਨੇ ਜੋ ਸਾਡਾ ਕਿਸਾਨੀ ਸੰਘਰਸ਼ ਸਾਡੀਆਂ ਜਥੇਬੰਦੀਆਂ ਸਾਡੇ ਪੰਜਾਬ ਦਾ ਆਵਾਮ ਤੇ ਸਮੁੱਚੇ ਹਿੰਦੁਸਤਾਨ ਦੇ ਬਹੁਤ ਸੂਬਿਆਂ ਦੇ ਕਿਸਾਨ ਦੇ ਲਗਾਤਾਰ 40-45 ਦਿਨਾਂ ਤੋਂ ਲਗਾਤਾਰ ਲੀਲੀ ਛੱਤ ਥੱਲੇ ਜ਼ੀਰੋ ਮਾਈਨਸ ਦੇ ਵਿੱਚ ਬਰਸਾਤਾਂ ਦੇ ਦਿਨਾਂ ਦੇ ਵਿੱਚ ਉਹ ਲਗਾਤਾਰ ਉਹ ਕਾਲੇ ਕਾਨੂੰਨਾਂ ਦੇ ਖਿਲਾਫ ਉੱਥੇ ਡਟੇ ਹੋਏ ਨੇ ਤੇ ਉੱਥੇ ਵੀਰੋ ਮੈਂ ਸਖ਼ਤ ਸ਼ਬਦਾਂ ਦੇ ਵਿੱਚ ਪੰਜਾਬ ਸਰਕਾਰ ਦੀ ਕੈਪਟਨ ਅਮਰਿੰਦਰ ਸਿੰਘ ਦੀ ਜਿਨ੍ਹਾਂ ਨੇ ਚੁੱਪ ਚੁਪੀਤੇ ਪੰਜਾਬ ਦੇ ਵਿੱਚ ਜਿਹੜੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਸਾਡਾ ਕਿਸਾਨ ਮਜ਼ਦੂਰ ਵਪਾਰੀ ਸਮੁੱਚਾ ਹਿੰਦੁਸਤਾਨ ਦਾ ਆਵਾਮ ਉਹ ਦਿੱਲੀ ਡਟਿਆ ਹੋਇਆ ਵੱਖਰੋ ਵੱਖਰੇ ਬਾਦਰਾਂ ਦੇ ਅਤੇ ਕੇਂਦਰ ਦੀ ਹਕੂਮਤ ਉਸ ਸੰਘਰਸ਼ ਨੂੰ ਤਾਰ ਪੀਡੋ ਕਰਨ ਵਾਸਤੇ ਵੱਖ ਵੱਖ ਜਿਹੜੇ ਆਪਦੇ ਹੱਥਕੰਡੇ ਨੇ ਉਹ ਅਪਣਾ ਰਹੀ ਆ ਅਤੇ ਉਹਦੇ ਵਿੱਚ ਮੈਂ ਇੱਕ ਦੱਸਣਾ ਚਾਹੁੰਦਾ ਵੀਰੋ ਵੀ ਜਿਹੜਾ ਸਾਡਾ ਪੰਜਾਬ ਦਾ ਕੈਬਨਿਟ ਦਾ ਵਜ਼ੀਰ ਹੈ ਕੈਪਟਨ ਅਮਰਿੰਦਰ ਸਿੰਘ ਦਾ ਸਭ ਤੋਂ ਨੇੜਲਾ ਉਹਨੇ ਬਿਆਨ ਦਿੱਤਾ ਪਿਛਲੇ ਦਿਨਾਂ ਦੇ ਵਿੱਚ ਉਹ ਕਹਿੰਦਾ ਜਿਹੜੇ ਕਾਲੇ ਕਾਨੂੰਨ ਕੇਂਦਰ ਦੀ ਸਰਕਾਰ ਨੇ ਸਾਡੇ 'ਤੇ ਥੋਪੇ ਨੇ ਉਹਨਾਂ ਵਾਸਤੇ ਕੋਈ ਸਾਨੂੰ ਵਿਸ਼ੇਸ਼ ਨੋਟੀਫਿਕੇਸ਼ਨ ਦੀ ਲੋੜ ਨਹੀਂ ਕਿ ਅਸੀਂ ਪੰਜਾਬ ਦੇ ਵਿੱਚ ਕੋਈ ਵਿਸ਼ੇਸ਼ ਨੋਟੀਫਿਕੇਸ਼ਨ ਕਰਕੇ ਉਹਨਾਂ ਨੂੰ ਰੋਕੀਏ ਜਾਂ ਉਹਨਾਂ ਨੂੰ ਲਾਗੂ ਕਰੀਏ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੋਸਤ ਐਂਡ ਹੋਸਟਲ ਕਵਿੰਦਰ ਪੱਟੀ ਅੱਜ ਗੁਰਪ੍ਰੀਤ ਚਹਿਲ ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਜੋ ਕਿ ਇੱਕ ਗੀਤ ਬਹੁਤ ਫੇਮਸ ਹੋਇਆ ਉਸਦੇ ਮੁੰਡੇ 'ਤੇ ਪਰਚਾ ਦਰਜ ਹੋਇਆ ਸਾਡੇ ਨਾਲ ਗੁਰਪ੍ਰੀਤ ਚਹਿਲ ਜੀ ਆ। ਗੁਰਪ੍ਰੀਤ ਚਹਿਲ ਜੀ, ਜਿਹੜਾ ਗੀਤ 'ਤੇ ਮੁੱਦਾ ਉੱਠਿਆ ਪਰਚਾ ਹੋਇਆਗਾ ਅਤੇ ਤੁਹਾਡਾ ਕੀ ਇੱਥੇ ਬਿਆਨ ਆ ਜੀ? ਪਹਿਲਾਂ ਤਾਂ ਮੈਂ ਸਾਰਿਆਂ ਨੂੰ ਫਤਿਹ ਅਰਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਇਹ ਪਰਚਾ ਦਰਜ ਕੀਤਾ ਇਹ ਕਿਸਾਨਾਂ ਦੇ ਹਿੱਤਾਂ 'ਚ ਸਾਡੇ ਸ਼੍ਰੀ ਵਿਰਾੜ ਨੇ, ਵੱਡੇ ਭਰਾ ਨੇ, ਉਹਨੇ ਗਾਇਆ ਸੀ, ਜਿਹੜਾ ਕਿਸਾਨਾਂ ਨੂੰ ਉਤਸ਼ਾਹ ਕਰਨ ਲਈ, ਕਿਸਾਨਾਂ 'ਚ ਇੱਕ ਜੋਸ਼ ਭਰਨ ਲਈ। ਕਿਸਾਨਾਂ 'ਚ ਵੈਸੇ ਤਾਂ ਜੋਸ਼ ਬਹੁਤ ਆ, ਪਰ ਫਿਰ ਵੀ ਕੁਛ ਸਾਡੇ ਨੌਜਵਾਨ ਪੀੜ੍ਹੀ ਲਈ, ਕੁਛ ਸਾਡੇ ਬੱਚਿਆਂ ਲਈ ਜਿਹੜਾ ਹੈਗਾ ਸੀ, ਇਹ ਇੱਕ ਤਰ੍ਹਾਂ ਦਾ ਉਹਨਾਂ ਲਈ ਉਤਸ਼ਾਹ ਲਈ ਸੀ। ਅਤੇ ਇਸ ਤਰ੍ਹਾਂ ਦੇ ਜਿਹੜੇ ਕੋਝੀਆਂ ਹਰਕਤਾਂ ਕੈਪਟਨ ਜਿਹੜਾ ਅਮਿਤ ਸ਼ਾਹ ਨਾਲ ਮੀਟਿੰਗਾਂ ਕਰਕੇ ਜਿਹੜੀਆਂ ਕੋਝੀਆਂ ਹਰਕਤਾਂ ਕਰ ਰਿਹਾ, ਇਹਨੂੰ ਕਦੇ ਵੀ ਸਾਡਾ ਪੰਜਾਬ ਦਾ ਆਵਾਮ ਇਹਨੂੰ ਮਾਫ਼ ਨਹੀਂ ਕਰੂਗਾ। ਇੱਕ ਜੀ, ਤੁਹਾਡਾ ਇੱਕ ਸੋਸ਼ਲ ਮੀਡੀਆ 'ਤੇ ਬੜੇ ਫੇਮਸ ਹੋਏ ਹੋ ਲੱਖਾ ਸਧਾਨਾ ਨਾਲ, ਇੱਕ ਤੁਹਾਡੀ ਵੀਡੀਓ ਜਿਹੜੀ ਉਹਨਾਂ ਦੇ ਵਿਰੁੱਧ ਵੀਡੀਓ ਬੋਲੀ ਗਈ ਹੈਗੀ, ਕੁਛ ਉਹਦੇ 'ਚ ਤੁਹਾਡੀਆਂ ਗੱਲਾਂ ਨੇ ਜੋ ਲੱਖਾ ਸਧਾਨਾ ਬਾਦਲ ਸਾਹਿਬ ਖਿਲਾਫ਼ ਬੋਲੇ ਆ, ਅਤੇ ਤੁਹਾਡਾ ਉੱਥੇ ਕੀ ਬਿਆਨ ਆ ਜੀ? ਜਿਹੜਾ ਇਹ ਇਸ ਤਰ੍ਹਾਂ ਦੇ ਲੋਕ ਨੇ, ਮੈਂ ਤਾਂ ਇਹੀ ਕਹਿਣਾ ਚਾਹੂੰਗਾ, ਜਿਹੜੇ ਇਹੋ ਜਿਹੇ ਮਾੜੇ ਅਨਸਰ ਆ ਉਹਨਾਂ ਤੋਂ ਲੋਕਾਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ। ਤੁਸੀਂ ਆਪ ਹੀ ਜਾਣ ਦਿਓ, ਇਸ ਤਰ੍ਹਾਂ ਦੇ ਲੋਕ ਜਿਹੜੇ ਸਰਕਾਰਾਂ ਦੇ, ਕਾਂਗਰਸ ਸਰਕਾਰ ਦਾ ਕੈਟ ਆ, ਕੈਟ ਦੀ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਅੱਤਵਾਦ ਦੇ ਸਮੇਂ ਕੈਟ ਛੱਡੇ ਗਏ ਸੀ ਸਾਡੇ ਨੌਜਵਾਨ ਵੀਰਾਂ 'ਚ, ਉਸੇ ਤਰ੍ਹਾਂ ਹੀ ਇਹ ਕੈਟ ਛੱਡਿਆ ਗਿਆ। ਕੈਟ ਆ ਜਿਹੜਾ, ਇਹਦਾ ਕੰਮ ਆ ਸਿਰਫ ਦਲਾਲੀ ਕਰਨੀ ਅਤੇ ਲੋਕਾਂ ਤੋਂ ਜਿਹੜੇ ਪੈਸੇ ਬਟੋਰਨੇ ਅਤੇ ਲੋਕਾਂ ਤੋਂ ਚੰਗੀਆਂ ਫੰਡਿੰਗ ਇਕੱਠੀਆਂ ਕਰਨੀਆਂ, ਹੋਰ ਇਹਦਾ ਕੋਈ ਕਿਸਾਨਾਂ ਦੇ ਹਿੱਤਾਂ ਲਈ ਕੋਈ ਕਿਸੇ ਤਰ੍ਹਾਂ ਦਾ ਪ੍ਰੋਗਰਾਮਿੰਗ ਨਹੀਂ। ਕਿਸਾਨਾਂ ਦੇ, ਸਾਡੇ ਕਿਸਾਨ ਜਿਹੜੇ ਦਿਨ ਰਾਤ ਜੂਝ ਰਹੇ ਆ, ਲੜ ਰਹੇ ਆ, ਮੌਤ ਲੈਣੇ ਰੋਜ਼ਾਨਾ ਸਾਡੇ ਨੌਜਵਾਨ ਵੀਰਾਂ ਦੀਆਂ ਮੌਤਾਂ ਹੋ ਰਹੀਆਂ, ਉਹਨਾਂ ਪ੍ਰਤੀ ਇਹਨੇ ਕਦੇ ਵੀ ਕੋਈ ਬਿਆਨ ਨਹੀਂ ਦਿੱਤਾ। ਅਤੇ ਜਿਹੜੇ ਜਿਸ ਤਰ੍ਹਾਂ ਕਿਸਾਨ ਸਾਡੇ 30-31 ਜਥੇਬੰਦੀਆਂ, ਉਹਨਾਂ ਨੇ ਵੀ ਇਹਦਾ ਪੂਰਨ ਵਾਈਕਾਟ ਕੀਤਾ, ਅਤੇ ਫਿਰ ਵੀ ਪਤਾ ਨਹੀਂ ਇਹ ਕੀ ਚਾਹੁੰਦਾ, ਫਿਰ ਵੀ ਇਸ ਤਰ੍ਹਾਂ ਦੇ ਜਿਹੜੇ ਗਲਤ ਹਰਕਤਾਂ ਜਿਸ ਤਰ੍ਹਾਂ ਦੇ ਲੋਕਾਂ ਨੂੰ ਪਿੱਛੇ ਲਾਈ ਫਿਰਦਾ। ਮੇਰੇ ਨੌਜਵਾਨ ਵੀਰਾਂ ਨੂੰ ਦੁਬਾਰਾ ਫਿਰ ਬੇਨਤੀ ਕਰਦਾ ਵੀ ਜੇ ਇਹ ਜੇ ਇਨਸਾਨ ਤੋਂ ਦੂਰ ਰਹੋ, ਜਿਹੜਾ ਪੰਜਾਬ ਦੀ ਭਲਾਈ ਦੇ ਲਈ, ਹਿੱਤ ਲਈ ਅੱਜ ਤੱਕ ਕੰਮ ਨਹੀਂ ਕਰ ਸਕਿਆ, ਸਿਰਫ ਆਪਣੇ ਹਿੱਤਾਂ ਲਈ ਕੰਮ ਕੀਤਾ। ਕਦੇ ਵੀ ਜ਼ਿੰਦਗੀ 'ਚ ਇਹਨੇ, ਅੱਜ ਤੋਂ ਪਹਿਲੇ ਦੇ ਕੰਮ ਦੇਖ ਲਓ ਤੁਸੀਂ, ਅੱਜ ਤੱਕ ਕਦੇ ਵੀ ਪੰਜਾਬ ਦੇ ਭਲਾਈ ਲਈ ਇਹਨੇ ਨਾ ਕੰਮ ਕਰਨਾ, ਅਤੇ ਸਿਰਫ ਉਹੀ ਆਪਣੇ ਪੁਰਾਣੇ ਕੰਮਾਂ 'ਤੇ ਜਿਹੜਾ ਪੈਸੇ ਲਈ। ਹਾਂਜੀ, ਮੈਂ ਤੁਹਾਡਾ ਆਪਣਾ ਲਖਵਿੰਦਰ ਪੱਟੀ, ਤੁਸੀਂ ਦੇਖ ਰਹੇ ਹੋ ਲਾਈਵ LBS ਨਿਊਜ਼ 5 ਪੰਜਾਬ। ਹਾਂਜੀ, ਅੱਜ ਇੱਕ ਪੁਤਲਾ ਫੂਕਿਆ ਜਾ ਰਿਹਾ, ਇੱਕ ਸੌਂਗ ਫੇਮਸ ਹੋਇਆ ਗਾ ਕਿਸਾਨੀ
मुद्दे ते मुंडे ने गीत गाया गा नौजवान ने ते तुहाडा इत्थे जो धरना लाया तुहाडा की बयान जिहड़ा साडा अज इह धरना नहीं जी इह रोसमई जिहड़ा कैप्टन अमरिंदर सिंह दा पुतला फूकण दा जिहड़ा ਉਹ ਪ੍ਰੋਗਰਾਮ ਹੈ ਯੂਥ ਅਕਾਲੀ ਦਲ ਵੱਲੋਂ ਕਰ ਰਹੇ ਹਾਂ ਜੀ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਇਹਦਾ ਵੀ ਜਿਹੜੇ ਕਾਲੇ ਕਾਨੂੰਨ ਜਿੰਨਾ ਪਿੱਛੇ ਸਾਡੇ ਕਿਸਾਨ ਲਗਾਤਾਰ 2 ਲਾਸ਼ਾਂ ਰੋਜ਼ ਦਿੱਲੀ ਤੋਂ ਪੰਜਾਬ ਨੂੰ ਆ ਰਹੀਆਂ ਨੇ ਪਰ ਕੇਂਦਰ ਦੀ ਜਿਹੜੀ ਸਰਕਾਰ ਉਹ ਟੱਸ ਤੋਂ ਮਸ ਨਹੀਂ ਹੋ ਰਹੀ ਔਰ ਜਿਹੜੀ ਕੇਂਦਰ ਪੰਜਾਬ ਦਾ ਮੁੱਖ ਮੰਤਰੀ ਤੇ ਉਹਦੀ ਸਮੁੱਚੀ ਸਰਕਾਰ ਤੇ ਕੈਬਨਿਟ ਉਹ ਦੋਸਤਾਨਾ ਮੈਚ ਆ ਜਿਹੜੀ ਬੀਜੇਪੀ ਨਾਲ ਖੇਡ ਰਹੇ ਨੇ ਉਹਦਾ ਸਾਬਤ ਹੋ ਗਿਆ ਕੱਲ ਦੀ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਹੋ ਰਹੀ ਹੈ ਵੀਡੀਓ ਜਿਹੜੇ ਪੰਜਾਬ ਦੇ ਅਫਸਰ ਨੇ 2 IPS ਇੱਕ IAS ਅਫਸਰ ਉੱਥੇ ਕਿਸਾਨਾਂ ਨੂੰ ਉਹ ਕਿਸਾਨ ਸੰਘਰਸ਼ ਨੂੰ ਤਾਰੋ ਪੀਡੋ ਕਰਨ ਵਾਸਤੇ ਗਏ ਹੋਏ ਨੇ ਉਹਨਾਂ ਦੇ ਲੂਪ ਹੋਲ ਜਕੇਂਦਰ ਸਰਕਾਰ ਨੂੰ ਦੱਸ ਰਹੇ ਨੇ ਜਾ ਕੇ ਤਾਂ ਹੀ ਤਾਂ ਕੇਂਦਰ ਸਰਕਾਰ ਅੜੀ ਹੋਈ ਹੈ ਨਾ ਨਹੀਂ ਤਾਂ ਰੋਜ਼ ਸਾਡਾ ਕਿੰਨੀ ਮੈਨ ਪਾਵਰ ਸਾਡੀ ਦਿੱਲੀ ਦੇ ਵਿੱਚ ਰੋਜ਼ ਹੋਰ ਜਾ ਰਹੇ ਨੇ ਇਹ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਤੁਹਾਡਾ ਭਲੇਖ ਹੈ ਆਉਣ ਵਾਲੇ ਦਿਨਾਂ 'ਚ ਹੋਰ ਅਸੀਂ ਵੀ ਵੱਡੇ ਪੱਧਰ ਦੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਭ ਬੰਦ ਕਰਕੇ ਕੋਈ ਮੋਟਰਸਾਈਕਲ ਤੇ ਜਾਵੇ ਕੋਈ ਟਰੈਕਟਰ ਤੇ ਜਾਵੇ ਕੋਈ ਗੱਡੀਆਂ ਤੇ ਜਾਵੇ ਉਹ ਵੱਡੇ ਵੱਡੇ ਕਾਫਲੇ ਦਿੱਲੀ ਨੂੰ ਭੇਜਾਂਗੇ ਤੇ ਅਸੀਂ ਆਪ ਵੀ ਨਾਲ ਜਾਵਾਂਗੇ ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬ 5 LBS ਨਿਊਜ਼ ਮੈਂ ਤੁਹਾਡਾ ਆਪਣਾ ਲਖਵਿੰਦਰ ਪੱਟੀ ਕੈਮਰਾਮੈਨ ਹਰਦੀਪ ਖਿਆਲਾ ਜੀ